ਬਾਈ ਮਿੱਤਰੋ, ਟਰਾਲੀਆਂ ਤਿਆਰ ਕਰਨ ਦਾ ਬਾਈ ਜਿੰਨਾ ਵੀ ਯੋਗਦਾਨ ਹੈ ਇਹ ਮਾਝੇ ਵਾਲੇ ਨੂੰ ਜਾਂਦਾ, ਕਿਉਂਕਿ ਜਿੰਨੀਆਂ ਵੀ ਟਰਾਲੀਆਂ ਤੁਸੀਂ ਲਗਜ਼ਰੀ ਦੇਖੋਗੇ ਇਹ ਬਾਈ ਮਾਝੇ ਵਾਲੀ ਤਿਆਰ ਕਰਦੇ, ਜਿੰਨੀਆਂ ਵੀ ਬਾਈ ਨਾਲ ਮਿਲਾਉਣਾ। ਸਤਿ ਸ਼੍ਰੀ ਅਕਾਲ ਵੀਰੇ। ਬਾਈ ਪਹਿਲਾਂ ਤਾਂ ਯਾਰ ਤੁਹਾਨੂੰ ਮੁਬਾਰਕਾਂ ਵੀ, ਇੰਨੀ ਲੋਕ ਭੀੜ ਇਕੱਠੀ ਹੋਈ ਆ, ਬਹੁਤ ਕਮਾਲ ਦੀ ਚੀਜ਼ ਬਣਾਈ ਬਾਈ। ਤੁਹਾਨੂੰ ਮੁਬਾਰਕਾਂ ਜੀ, ਸਮੂਹ ਸੰਗਤ ਨੂੰ, ਹੋਲੇ ਮਹੱਲੇ ਦੀਆਂ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਦੀ ਜੀ ਆਇਆਂ ਨੂੰ। ਜੀ 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 ਬਾਈ, ਮਿਹਰਬਾਨੀ। ਦੱਸੋ ਵੀਰੇ ਮਾੜਾ ਜਿਹਾ ਵੀ ਕਿਵੇਂ ਸੋਚੀਏ ਬਣਾਉਣ ਦੇ ਨਾ? ਇਹ ਵੀਰੇ ਜਦੋਂ ਅਸੀਂ ਆਪਾਂ ਹਰ ਸਾਲ ਆਉਂਦੇ ਸੀ ਨਾ ਜੀ, ਬੜੀ ਪ੍ਰੋਬਲਮ ਆਉਂਦੀ ਸੀਗੀ ਆਪਾਂ ਨੂੰ, ਰਹਿਣ ਦੀ ਪ੍ਰੋਬਲਮ ਆਉਂਦੀ ਸੀਗੀ ਜੀ ਵੀਰੇ। ਤੇ ਫਿਰ ਸੰਗਤ ਨੇ, ਆਪਣੇ ਮੁੰਡਿਆਂ ਨੇ ਸੋਚਿਆ ਵੀ ਕਿਉਂ ਨਾ ਅਸੀਂ ਆਪਣਾ ਹੀ ਤਿਆਰ ਕਰ ਲਈਏ ਇੱਥੇ, ਆਪਣੇ ਵਿਸ਼ਰਾਮ ਲਈ ਬਣਾ ਲਈਏ ਜੀ ਵੀਰੇ। ਕਿਉਂਕਿ ਇਹ ਆਪਾਂ ਦਿੱਲੀ ਧਰਨੇ ਦੇ ਆਪਣੀ ਟਰਾਲੀ ਜਾਂਦੀ ਹੈ ਹਰ ਵਾਰੀ। ਓਕੇ ਵੀਰੇ। ਪਿੰਡ ਦੇ ਵਿੱਚ ਨਗਰ ਕੀਰਤਨ ਹੁੰਦਾ ਤਾਂ ਉੱਥੇ ਗੁਰਪੁਰਬ ਦੇ ਵਿੱਚ ਹਾਜ਼ਰੀ ਭਰਦੀ ਹੈ, ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਕਰਕੇ ਪਿੰਡ ਦੀ ਪਰਿਕਰਮਾ ਕੀਤੀ ਜਾਂਦੀ ਹੈ ਜੀ ਵੀਰੇ, ਇਸੇ ਟਰਾਲੀ ਦੇ ਵਿੱਚ। ਓਕੇ, ਹਾਂਜੀ। ਇਹ ਇੱਦਾਂ ਹੀ ਰੱਖ ਦਿਓ ਵੀਰੇ ਟਰਾਲੀ? ਬਿਲਕੁਲ ਵੀਰੇ, ਇੱਦਾਂ ਹੀ। ਇਹ ਜਿਵੇਂ ਸਮਾਨ ਲੱਗਿਆ ਹੋਇਆ ਲਾਉਂਦੇ ਤਾਂ ਨਹੀਂ ਵੀਰੇ? ਨਾ ਬਿਲਕੁਲ ਨਹੀਂ ਵੀਰੇ। ਓਕੇ, ਵੱਖਰੀ ਵੀ ਆਪਣਾ ਬਾਈ ਕਮਾਲ ਦੀ ਗੱਲਬਾਤ ਯਾਰ, ਤੁਸੀਂ ਇਹ ਦੇਖੋ ਬਈ, ਉਹਨਾਂ ਕਹਿ ਲਈਏ ਵੀ ਆਪਾਂ ਕਿਸੇ ਬਾਲੀਵੁੱਡ ਸਟਾਰ ਦੇ ਪਿੱਛੇ ਨਹੀਂ ਇਕੱਠ ਹੁੰਦਾ ਜਿੰਨਾ ਇਹ ਟਰਾਲੀ ਨੂੰ ਦੇਖਣ ਵਾਲੀ ਭੀੜ ਹੈ ਨਾ। ਲੋਕ ਆਈ ਜਾਂਦੇ ਜਾਈ ਜਾਂਦੇ ਬਾਈ, ਦੇਖਦੇ ਬਾਈ ਕਿੰਨੇ ਕੁ ਲੋਕ ਆਉਂਦੇ ਡੇਲੀ ਦੇ, ਮੈਂ ਕਹਿ ਲਈ ਕਿੰਨੇ ਟਾਈਮ? ਕਾਫੀ ਸੰਗਤ ਆਉਂਦੀ ਵੀਰੇ, ਕਾਫੀ ਸੰਗਤ ਨੂੰ ਪਿਆਰ ਮਿਲਦਾ ਹੈ, ਸਤਿਕਾਰ ਮਿਲਦਾ ਹੈ, ਬੜਾ ਸੁਣ ਚ ਖੁਸ਼ੀ ਹੁੰਦੀ ਆ ਵੀ ਤੁਸੀਂ ਨੌਜਵਾਨ ਵਧੀਆ ਕਰ ਰਹੇ ਹੋ, ਸਗੋਂ ਵਧੀਆ ਚੀਜ਼ ਲੱਗ ਰਹੀ ਹੈ ਨਾ। ਜੀ 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 ਜੀ, ਹਾਂਜੀ, ਬੜੀ ਖੁਸ਼ੀ ਹੁੰਦੀ ਸੰਗਤ ਬਹੁਤ ਦਰਸ਼ਨ ਕਰਨ ਆਉਂਦੀ ਹੈ। ਬਹੁਤ ਬਾਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਵੀਰੇ, ਕੀ ਕੀ ਸਮਾਨ ਇਹਦੇ ਵਿੱਚ ਲਾਇਆ ਹੋਊਗਾ? ਇਹਦੇ ਵਿੱਚ ਵੀਰੇ ਜੋ ਵੀ ਆਪਣੇ ਹੁੰਦੀ ਹੈ 5-star ਹੋਟਲ ਦੇ ਵਿੱਚ ਹੁੰਦੀ ਹੈ, ਉਹ ਫੈਸਿਲਿਟੀ ਸਾਰੀਆਂ ਹੈਗੀਆਂ ਜੀ। ਓਕੇ, ਤੇ ਵੇਖੋ ਤੁਸੀਂ ਐਲਈਡੀ ਲੱਗੀ ਆ ਜੀ, ਐਲਈਡੀ ਲੱਗੀ ਆ, ਐਲਈਡੀ ਲੱਗੀ ਹੈ, ਇਸਦਾ ਵਾਸ਼ ਬੇਸ਼ਨ ਲੱਗਾ ਹੋਇਆ ਜੀ, ਸ਼ੈਂਕ ਵੀ ਲੱਗਿਆ ਹੋਇਆ, ਇਸਦੇ ਲੱਗਾ ਹੋਇਆ ਜੀ, ਆਰਓ ਲੱਗਾ ਹੋਇਆ ਪਾਣੀ ਪੀਣ ਵਾਸਤੇ। ਓਕੇ ਜੀ, ਇਲੈਕਟ੍ਰੀਕਲ ਦੇ ਜਿਹਾ ਲੱਗਾ ਜੀ, ਜਿਹੜੇ ਸ਼ੀਸ਼ੇ ਦੇ ਸ਼ੀਸ਼ੇ ਆ ਜੀ, ਉਹ ਵੀ ਉਸ ਬਟਨ ਦੇ ਨਾਲ ਅਪ ਡਾਊਨ ਹੁੰਦੇ ਆ। ਅੱਛਾ, ਹਾਂਜੀ, ਪਾਵਰ ਪਾਵਰ ਹੈਗੇ ਕਿ ਲਈ? ਓਕੇ, ਪੱਖਾ ਲੱਗੇ ਹੋਏ ਆ ਜੀ ਵਿੱਚ, ਜਿਹੜੇ ਆਪਣੇ ਕਿ ਜਿਹੜੇ ਅਸੀਂ ਨਹੀਂ ਕੰਮ ਕਰਦੇ, ਪੱਖੇ ਕੰਮ ਕਰਨਗੇ ਦੇ। ਓਕੇ, ਅੱਛਾ, ਪੱਖੇ ਵੀ ਕੰਮ ਕਰਨੇ ਬਾਈ, ਤਾਂ ਵਾਲਾ ਵਿਊ ਦੇਖੋ ਕਿਰਾਂ ਤੁਸੀਂ ਇੱਕ ਵਾਰੀ। ਤੇ ਬਾਈ ਇਹ ਮੇਨ ਮੇਨ ਗੱਲ ਕਰ ਲਈ ਵੀ ਖਰਚਾ ਕਿੰਨਾ ਆ ਗਿਆ ਉਹਦੇ ਤੇ? ਖਰਚਾ ਵੀਰੇ ਦਾ 4-4.5 ਲੱਖ ਦੇ ਵਿੱਚ ਵਿੱਚ ਆ ਗਿਆ। 4.5 ਲੱਖ ਰੁਪਏ ਟਰਾਲੀ ਤੇ? ਬਿਲਕੁਲ, ਹਾਂਜੀ, ਸਾਰਾ ਇੰਟੀਰੀਅਰ ਪਾ ਕੇ ਸਭ ਕੁਝ ਜੋ ਵੀ ਹੈ ਜੀ। 4.5 ਲੱਖ ਰੁਪਏ ਦੇ ਵਿੱਚ ਬਈ ਇਹ ਟਰਾਲੀ ਤਿਆਰ ਹੋਈ ਹੈ, ਇੰਟੀਰੀਅਰ ਦੇ ਵਿੱਚੋਂ ਸਾਰੀ, ਤੇ ਜਿਹੜੀ ਟਰਾਲੀ ਆ ਉਹ ਤੋਂ ਅਲੱਗ ਆ ਬਾਹਰੋਂ? ਨਹੀਂ, ਸਾਰਾ ਕੁਝ ਵਿੱਚ। ਹਾਂਜੀ, ਬਸ ਉਹਨਾਂ ਕੇ 4 ਰੱਖਣੀਆਂ ਨੇ, ਇਦਾਂ ਹੀ ਬਾਬਾ ਹੀ ਰਹਿੰਦੀ ਆ ਜੀ, ਇਦਾਂ ਰਹਿੰਦੀ ਪੱਕੀ ਸਾਡਾ, ਪੱਕਾ ਹੀ ਇਦਾਂ ਰਹਿੰਦੀ ਆ ਜੀ। ਵਾਹ ਜੀ ਵਾਹ ਵਾਹ ਜੀ, ਬਾਈ ਮਿੱਤਰੋ ਲਓ ਜੀ, ਕਮਾਲ ਦੀ ਗੱਲਬਾਤ ਆ, ਤੇ ਏਸੀ ਵਗੈਰਾ ਦੇਖ ਸਕਦੇ ਹੋ ਤੁਸੀਂ ਨਾ, ਕਿੰਨੀ ਘੈਂਟ ਗੱਲਬਾਤ ਆ। ਤੇ ਬਾਕੀ ਸ਼ੀਸ਼ੇ ਵੀਰੇ ਪਾਵਰ ਆ ਨਾ, ਇਹ ਖੋਲ ਸਕਦੇ ਆ ਬਾਈ? ਖੋਲਦਾ ਹੋਊ ਓਕੇ ਓਕੇ ਓਕੇ, ਠੀਕ ਆ ਵੀਰੇ। ਬਾਈ ਕਮਾਲ ਦੀ ਗੱਲਬਾਤ ਆ ਯਾਰ, ਤੇ ਦੇਖ ਸਕਦੇ ਤੁਸੀਂ, ਮੈਂ ਤਾਂ ਨਹੀਂ ਬਾਈ ਦੇਖੀ ਹੋਣੀ ਟਰਾਲੀ ਆਈ ਜੀ ਕਿਤੇ ਹੋਰ, ਪੰਡੋਰੀ ਤੋਂ ਪੰਡੋਰੀ ਤੋਂ ਪੰਡੋਰੀ ਕੋਲ ਕਿਹੜਾ ਆਪਣੇ ਜਿਹੜੀ ਕੱਠੀ ਤਰਨਤਾਰਨ ਦੇ ਬਾਬਾ ਬਿਲਕੁਲ ਨਾਲ ਆ ਜੀ, ਖਲੂਰ ਸਾਹਿਬ ਰੋਡ ਤੇ ਪਹਿਲਾ ਪਿੰਡ ਆ ਪੰਡੋਰੀ ਕੋਲ, 5 ਕੱਠੀਆਂ ਜਿਹੜੀਆਂ ਪੰਡੋਰੀਆਂ ਨੇ। ਹਾਂਜੀ, ਇਹ ਨਾ ਖਲੂਰ ਸਾਹਿਬ ਦੇ ਆਪਾਂ ਤਰਨਤਾਰਨ ਤੇ ਖਲੂਰ ਸਾਹਿਬ ਜਾਈਏ ਨਾ ਜੀ, ਪਹਿਲਾ ਪਿੰਡ ਆਉਂਦਾ ਆਪਣਾ ਤਰਨਤਾਰਨ ਤੋਂ 2 ਕਿਲੋਮੀਟਰ ਦੂਰ ਬਸ। ਅੱਛਾ, ਤਰਨਤਾਰਨ ਦੇ ਲਓ ਜੀ ਮਿੱਤਰੋ, ਸਿਰਾ ਜੀ 4.5 ਲੱਖ ਰੁਪਏ ਦੇ ਵਿੱਚ ਟਰਾਲੀ ਪਈ ਆ, ਤੇ ਸ਼ੀਸ਼ੇ ਵੀ ਟਰਾਲੀ ਦੇ ਪਾਵਰ ਹਨਾ ਕਹਿ ਸਕਦੇ ਆ। ਤੇ ਕਿੰਨਾ ਟਾਈਮ ਕਿੰਨਾ ਲੱਗ ਗਿਆ ਵੀਰੇ ਤਿਆਰ ਕਰਨ ਨੂੰ? ਇਹਨੂੰ ਵੀ ਸੀਗਾ ਜਿਹਨੇ ਤਿਆਰ ਕੀਤੀ ਆ, ਬਹੁਤ ਵਧੀਆ ਕੰਮ ਕਰਦਾ ਗੁਰਸਿੱਖ ਮੁੰਡਾ ਖਾਸ ਕਰਕੇ ਉਹ। ਓਕੇ, ਬਹੁਤ ਸੋਹਣਾ ਕੰਮ, ਮਹੀਨਾ ਲੱਗ ਗਿਆ ਵੀ? ਹਾਂ, ਮਹੀਨਾ ਲੱਗ ਗਿਆ ਵੀਰੇ ਤਿਆਰ ਕਰਨ ਤੇ, ਬਾਕੀ ਚਾਹੇ ਤਾਂ ਜਲਦੀ ਵੀ ਕਰ ਸਕਦਾ, ਥੋੜਾ ਜਿਹਾ ਬਿਜੀ ਸੀਗਾ ਤਾਂ ਕਰਕੇ ਉਹਨੇ ਕਰਿਆ ਥੋੜਾ ਜਿਹਾ। ਠੀਕ ਆ, ਲਓ ਜੀ, ਬਾਕੀ ਮਿੱਤਰੋ ਦੇਖੋ ਤੁਸੀਂ ਕਿਹੜੀ ਫੈਸਿਲਿਟੀ ਜਿਹੜੀ ਨਹੀਂ ਹੈਗੀ ਇਹਦੇ ਵਿੱਚ ਨਾ, ਕੈਮਰੇ ਵੀ ਲੱਗੇ ਹੋਏ ਦੇਖੋ ਤੁਸੀਂ ਸਾਹਮਣੇ, ਕੈਮਰੇ ਤੱਕ ਲੱਗੇ ਹੋਏ ਆ ਟਰਾਲੀ ਦੇ ਵਿੱਚ। ਮੈਨੂੰ ਨਹੀਂ ਲੱਗਦਾ ਵੀ ਜਿਹੋ ਜਿੰਨੀਆਂ ਘਰ ਦੇ ਵਿੱਚ ਸੁਵਿਧਾਵਾਂ ਆਉਂਦੀਆਂ ਉਹਦੇ ਨਾਲੋਂ ਜ਼ਿਆਦਾ ਹੀ ਹੋਣਗੀਆਂ, ਉਹਦੇ ਨਾਲੋਂ ਘੱਟ ਨਹੀਂ ਹੋਣੀਆਂ ਇਸ ਟਰਾਲੀ ਦੇ ਵਿੱਚ। ਸੋ ਦੇਖ ਸਕਦੇ ਤੁਸੀਂ, ਸ਼ੇਅਰ ਕਰੋ ਦੱਬ ਕੇ। ਧੰਨਵਾਦ ਵੀਰੇ, ਮਿਹਰਬਾਨੀ, ਥੈਂਕ ਯੂ ਜੀ, ਜੀ ਮਿਹਰਬਾਨੀ।